ਸਾਨੂੰ ਰੁਜ਼ਗਾਰ ਮਿਲ ਗਿਆ ਜੀ। ਇਹ ਸਰਕਾਰ ਬਿਲਕੁਲ 100% ਕਾਮਯਾਬ ਸਰਕਾਰ ਲੱਗੀ ਸਾਨੂੰ, ਅਸੀਂ ਹਮੇਸ਼ਾ ਇਹਨਾਂ ਦੇ ਨਾਲ ਹੈਗੇ ਆ, ਨਾਲ ਰਹਾਂਗੇ। ਤਕਰੀਬਨ ਜਿਹੜੀਆਂ 10 ਲੱਖ ਰੁਪਏ ਦੇ ਕਰੀਬ ਦੀਆਂ ਨੇ ਔਰ ਪੂਰੇ ਜ਼ਿਲ੍ਹੇ ਦੇ ਵਿੱਚ 99 ਲੱਖ ਰੁਪਏ ਦਾ ਸਮਾਨ ਵੰਡਿਆ ਜਾ ਰਿਹਾ ਜਿਹਦੇ 'ਚ ਰਿਕਸ਼ਾ ਰੇਹੜੀ, ਪਰ ਲੇਕਿਨ ਜਿਹੜਾ ਕਾਨੂੰਨ ਹੈ ਨਾ ਬਾਦਲ ਦਾ, ਨਾ ਮੇਰਾ, ਨਾ ਕਿਸੇ ਹੋਰ ਲੀਡਰ ਦਾ, ਨਾ ਗਾਂਧੀ ਪਰਿਵਾਰ ਦਾ, ਇਹ ਹਿੰਦੁਸਤਾਨ ਦਾ ਕਾਨੂੰਨ ਆ, ਸਾਰਿਆਂ 'ਤੇ ਲਾਗੂ ਹੁੰਦਾ। ਕਰਪਸ਼ਨ ਕਰਕੇ ਤਾਂ ਟਿਕਟਾਂ ਦਿੱਤੀਆਂ ਨੇ ਇਹਨਾਂ ਨੇ, ਔਰ ਹੁਣ ਫਿਰ ਦੁਬਾਰਾ ਇਹੀ ਕੰਮ ਆਉਣਾ ਇਹਨਾਂ ਦਾ। ਇਹਦਾ ਮੋਟਿਵ ਇੱਕੋ ਹੀ ਆ ਕੇਜਰੀਵਾਲ ਦਾ, ਪੰਜਾਬ ਦਾ ਸਮਾਨ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਲੁੱਟਦਾ ਰਿਹਾ, ਹੁਣ ਇਹ ਲੁੱਟ ਕੇ ਲੈ ਕੇ ਜਾਣ। ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਵੱਲੋਂ 10 ਲੱਖ ਦੀ ਲਾਗਤ ਨਾਲ ਕਰੀਬ 90 ਰੇੜੀਆਂ ਲੋੜਵੰਦਾਂ ਨੂੰ ਦਿੱਤੀਆਂ ਗਈਆਂ ਨੇ। ਇਸ ਮੌਕੇ ਤੇ ਰੇੜੀ ਪ੍ਰਾਪਤ ਕਰਨ ਵਾਲੇ ਜ਼ਰੂਰਤਮੰਦਾਂ ਨੇ ਕਿਹਾ ਹੈ ਕਿ ਜੋ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਅਸੀਂ ਹੁਣ ਆਪਣੇ ਹੱਥੀ ਕੰਮ ਕਰਦੇ ਹਾਂ ਕਿਉਂਕਿ ਪਹਿਲਾਂ ਅਸੀਂ ਦਿਹਾੜੀਆਂ ਤੇ ਜਾਂਦੇ ਸੀ, ਦਿਹਾੜੀ ਵੀ ਨਹੀਂ ਮਿਲਦੀ ਸੀ। ਅਸੀਂ ਬਹੁਤ ਖੁਸ਼ ਹਾਂ ਜੋ ਸਰਕਾਰ ਵੱਲੋਂ ਇਹ ਉਪਰਾਲਾ ਕੀਤਾ ਗਿਆ। ਦੂਜੇ ਹੀ ਪਾਸੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਨੇ ਕਿਹਾ ਹੈ ਕਿ ਅਸੀਂ 10 ਲੱਖ ਦੀ ਲਾਗਤ ਨਾਲ 90 ਦੇ ਕਰੀਬ ਰੇੜੀ ਗਰੀਬ ਪਰਿਵਾਰਾਂ ਨੂੰ ਦਿੱਤੀਆਂ ਨੇ ਤਾਂ ਕਿ ਇਹ ਆਪਣੀ ਰੋਜ਼ੀ ਰੋਟੀ ਕਮਾ ਸਕਣ। ਤੇ ਨਾਲ ਹੀ ਸੁਖਬੀਰ ਬਾਦਲ ਵੱਲੋਂ SIT ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਗਾਂਧੀ ਪਰਿਵਾਰ ਵੱਲੋਂ ਜਾਂਚ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਤੇ ਧਰਮਸੋਧ ਨੇ ਕਿਹਾ ਕਿ ਕਾਨੂੰਨ ਸਭ ਵਾਸਤੇ ਇੱਕ ਹੈ, ਨਾ ਹੀ ਬਾਦਲ ਪਰਿਵਾਰ ਦਾ ਹੈ, ਨਾ ਹੀ ਮੇਰਾ ਤੇ ਨਾ ਹੀ ਗਾਂਧੀ ਪਰਿਵਾਰ ਦਾ। ਪਹਿਲਾਂ ਅਸੀਂ ਕੋਈ ਦਿਹਾੜੀ ਕਰਦੇ ਸੀ, ਭਰਤ ਵਗੈਰਾ ਪਾਤਾ ਕਿਤੇ ਮਿਸਤਰੀਆਂ ਲੇਬਰ ਦਾ ਕੰਮ ਕਰ ਰਿਹਾ, ਹੁਣ ਸਾਨੂੰ ਆਪਣਾ ਰੁਜ਼ਗਾਰ ਮਿਲ ਗਿਆ, ਅਸੀਂ ਆਪਣਾ ਕੰਮ ਸ਼ੁਰੂ ਕਰ ਸਕਦੇ ਇਹਦੇ ਨਾਲ। ਕਿੰਨੀ ਕੁ ਉਮੀਦ ਆ, ਕਿੰਨੇ ਕੁ ਪੈਸੇ ਹੁਣ ਕਮਾ ਲਓਗੇ ਇਹਦੇ ਨਾਲ? ਅਸੀਂ ਤਕਰੀਬਨ ਪਹਿਲਾਂ 350 ਕਮਾਉਂਦੇ ਸੀ, ਹੁਣ 500-400, 200-400 ਵੱਧ ਕਮਾ ਸਕਦੇ। ਆਪਣੀ ਮਿਹਨਤ ਹੈ ਜੀ, ਦੇਖੋ ਕਿੰਨੇ ਵਧੀਆ ਚੱਲ ਜੂਗਾ। ਹਾਂਜੀ ਹਾਂਜੀ, ਬਹੁਤ ਵਧੀਆ ਚੱਲੂਗੇ ਸਾਡਾ। ਲੋਕਡਾਊਨ 'ਚ ਬਹੁਤ ਬੜਾ ਸਹਾਰਾ ਮਿਲ ਗਿਆ ਸਾਨੂੰ। ਸਾਡੇ ਗਰੀਬ ਲੋਕਾਂ ਨੂੰ ਜ਼ਰੂਰਤ ਸੀ, ਐਪਲੀਕੇਸ਼ਨਾਂ ਮੰਗੀਆਂ ਸੀ, 9 ਲਿਖਾ ਕੇ ਗਏ ਨੇ, ਔਰ ਜਿਨ੍ਹਾਂ ਨੇ ਇਸ ਦੇ ਰਾਹੀਂ ਰੁਜ਼ਗਾਰ ਕਮਾਉਣਾ ਜਾਂ ਘਰ ਦੇ ਕੰਮ ਕਰਨੇ ਨੇ, ਉਹਨਾਂ ਨੂੰ ਅੱਜ 90 ਰੇਹੜੀਆਂ ਅਸੀਂ ਵੰਡੀਆਂ ਨੇ, ਤਕਰੀਬਨ ਜਿਹੜੀਆਂ 10 ਲੱਖ ਰੁਪਏ ਦੇ ਕਰੀਬ ਦੀਆਂ ਨੇ, ਔਰ ਪੂਰੇ ਜ਼ਿਲ੍ਹੇ ਦੇ ਵਿੱਚ 99 ਲੱਖ ਰੁਪਏ ਦਾ ਸਮਾਨ ਵੰਡਿਆ ਜਾ ਰਿਹਾ, ਜਿਹਦੇ 'ਚ ਰਿਕਸ਼ਾ ਰੇਹੜੀ, ਜਿਹੜੀ ਸਪਰੇ ਪੰਪ ਨੇ, ਜਿਹੜੇ ਲੋਕ ਆਪਣਾ ਰੁਜ਼ਗਾਰ ਚਲਾ ਸਕਦੇ ਨੇ ਜਾ ਕੇ ਕਿਤੇ, ਔਰ ਨਾਲ ਹੀ ਸਿਲਾਈ ਮਸ਼ੀਨਾਂ ਨੇ ਜਿਹੜੀਆਂ ਬੇਟੀਆਂ ਸਾਡੀਆਂ ਸਿੱਖਣ ਵਾਲੀਆਂ ਨੇ, ਉਹਨੂੰ ਸਿਲਾਈ ਮਸ਼ੀਨਾਂ ਵੰਡਣੀਆਂ ਨੇ, ਔਰ ਅਗਲੇ ਹਫ਼ਤੇ ਅਸੀਂ ਸਿਲਾਈ ਮਸ਼ੀਨਾਂ ਅਤੇ ਸਪਰੇ ਪੰਪ ਵੀ ਜਿਹਨਾਂ ਜਿਨ੍ਹਾਂ ਨੇ ਐਪਲੀਕੇਸ਼ਨ ਦਿੱਤੀ ਹੈ, ਜਿਨ੍ਹਾਂ ਨੇ ਜ਼ਰੂਰਤਮੰਦ ਆ ਕੇ 9 ਦਰਜ ਕਰਾ ਕੇ ਉਹਨਾਂ ਨੂੰ ਦੇ ਦਿੱਤੇ। ਨਹੀਂ, ਪੰਜਾਬ ਦਾ ਤਾਂ ਨਹੀਂ ਮੈਨੂੰ ਪਤਾ, ਇਹ ਹਰ ਜ਼ਿਲ੍ਹੇ ਦੀ ਆਪਣੀ ਆਪਣੀ ਹੁੰਦੀ ਹੈ, ਉਹ ਇਕੱਠਾ ਨਹੀਂ ਹੁੰਦਾ। ਜਿੰਨਾ ਕੁ ਪੈਸਾ ਸੀਗਾ ਇੱਥੇ ਪਟਿਆਲੇ ਜ਼ਿਲ੍ਹੇ 'ਚ 99 ਲੱਖ ਰੁਪਈਆ ਆਇਆ, ਔਰ ADC ਇਹਨੂੰ ਖਰੀਦਦਾ, ਟੈਂਡਰ ਲਾਉਂਦਾ, ਔਨਲਾਈਨ ਟੈਂਡਰ ਹੁੰਦਾ, ਔਰ ਦੇ ਕੇ ਫਿਰ ਆ ਭਲਾਈ ਅਫਸਰ, ਜ਼ਿਲ੍ਹਾ ਭਲਾਈ ਅਫਸਰ ਅਤੇ ਬਲਾਕ ਭਲਾਈ ਅਫਸਰ ਸਾਰੇ ਰਲ ਕੇ ਅੱਗੇ ਐਪਲੀਕੇਸ਼ਨਾਂ ਲੈ ਕੇ ਗਰੀਬਾਂ ਨੂੰ ਮਿਲਦਾ। ਵੀ ਇਹ ਸੋਹਣਾ ਹੀ ਚਾਹੀਦਾ, ਕੋਈ ਨਵੀਂ ਗੱਲ ਥੋੜ੍ਹੀ ਹੈ। ਨਹੀਂ, ਉਹ ਤਾਂ ਦੇ ਤਾ, ਉਹ ਡਿਊਟੀ ਤੋਂ ਨਹੀਂ ਭੱਜਣਾ ਚਾਹੀਦਾ ਕਿਸੇ ਨੂੰ, ਕੀ ਹੋ ਸਕਦੀ ਬਾਦਲ ਕਹਿ ਰਿਹਾ ਸਰ। ਸੁਖਬੀਰ ਸਿੰਘ ਬਾਦਲ ਦੀ ਤੁਸੀਂ ਯਾਦਾਸ਼ਤ ਨੂੰ ਜਾਣਦੇ ਹੋ, ਮੈਂ ਦੁਬਾਰਾ ਨਹੀਂ ਕਹਿਣਾ, ਵਧੀਆ ਲੀਡਰ ਨੇ ਆਪਣੇ ਆਪਣੀ ਪਾਰਟੀ ਦੇ, ਪਰ ਲੇਕਿਨ ਜਿਹੜਾ ਕਾਨੂੰਨ ਹੈ ਨਾ ਬਾਦਲ ਦਾ, ਨਾ ਮੇਰਾ, ਨਾ ਕਿਸੇ ਹੋਰ ਲੀਡਰ ਦਾ, ਨਾ ਗਾਂਧੀ ਪਰਿਵਾਰ ਦਾ, ਇਹ ਹਿੰਦੁਸਤਾਨ ਦਾ ਕਾਨੂੰਨ ਆ, ਸਾਰਿਆਂ 'ਤੇ ਲਾਗੂ ਹੁੰਦਾ, ਕਿਸੇ ਦੀ ਰਾਏ ਨਹੀਂ ਕਰਦੇ, ਕਿਸੇ ਤੋਂ ਪੁੱਛ ਕੇ ਨਹੀਂ ਕੋਰਟਾਂ ਕੰਮ ਕਰਦੀਆਂ, ਕਾਨੂੰਨ ਆਪਣਾ ਕੰਮ ਕਰਦਾ, ਸਰਕਾਰਾਂ ਆਪਣੀਆਂ ਕੰਮ ਕਰਦੀਆਂ। ਕੌਣ ਬਾਦਲ ਕਹਿੰਦਾ? ਨਹੀਂ, ਹਰਪਾਲ ਚੀਮਾ ਨੂੰ ਛੱਡ, ਜੇ ਇਹ ਹਰਪਾਲ ਚੀਮਾ ਨੂੰ ਪੁੱਛਣਾ ਪੈਂਦਾ, ਜਿਹਨਾਂ ਨੂੰ ਕੋਈ ਪਾਰਟੀ ਨਹੀਂ ਚੱਲਦੀ ਤੁਸੀਂ ਲਈ ਆਉਂਦੇ ਗਏ, ਜਿਹਨੂੰ ਕੋਈ ਪਾਰਟੀ ਨਹੀਂ ਚੱਲਦੀ ਉਹਨੂੰ ਆਮ ਪਾਰਟੀ, ਆਮ ਤਾਂ ਬੰਦਾ ਹੀ ਨਹੀਂ ਉਹਨਾਂ 'ਚ ਕੋਈ, ਜਿਹੜਾ ਉਹਨਾਂ ਨੇ ਵਾਅਦਾ ਕਿਸੇ ਬੂਟ ਪਾਲਸ਼ ਵਾਲਿਆਂ ਨੂੰ, ਰੇਹੜੀ ਚਲਾਉਣ ਵਾਲਿਆਂ ਨੂੰ, ਭਾਂਡੇ ਮਾਂਜਣ ਵਾਲਿਆਂ ਨੂੰ, ਆਮ ਦਿਹਾੜੀਦਾਰ ਨੂੰ ਟਿਕਟਾਂ ਇੱਕ ਨੂੰ ਦਿੱਤੀ, ਤਾਂ ਕਰਪਸ਼ਨ ਕਰਕੇ ਤਾਂ ਟਿਕਟਾਂ ਦਿੱਤੀਆਂ ਨੇ ਇਹਨਾਂ ਨੇ, ਔਰ ਹੁਣ ਫਿਰ ਦੁਬਾਰਾ ਇਹੀ ਕੰਮ ਆਉਣਾ ਇਹਨਾਂ ਦਾ। ਇਹਦਾ ਮੋਟਿਵ ਇੱਕੋ ਹੀ ਆ ਕੇਜਰੀਵਾਲ ਦਾ,
ਪੰਜਾਬ ਦਾ ਸਮਾਨ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਲੁੱਟਦਾ ਰਿਹਾ, ਹੁਣ ਇਹ ਲੁੱਟ ਕੇ ਲੈ ਕੇ ਜਾਣਗੇ। ਪੈਟਰੋਲ ਦੀ ਕੀਮਤ ਅੱਜ 100 ਰੁਪਏ ਤੋਂ ਪਾਰ ਹੋ ਗਈ, ਕਿਸ ਤਰ੍ਹਾਂ ਦੇਖੋ ਲਗਾਤਾਰ ਮਹਿੰਗਾਈ ਵੱਧਦੀ ਜਾ ਰਹੀ। ਹਾਂਜੀ, ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੋ ਗਈ। ਇਹ ਤਾਂ ਕਹਿੰਦੇ ਜਿਹਨੇ ਲਾਹ ਲਈ ਲੋਈ ਉਹਦਾ ਕਰੇਗਾ ਕੋਈ ਕੋਈ, ਮੋਦੀ ਸਾਹਿਬ ਨੇ ਤਾਂ ਲੋਈ ਲਾਹਤੀ ਵੀ, ਜਿਹਦਾ ਇੱਕ ਦਿਨ ਵਾਧਾ ਕਰਿਆ ਵੀ ਲੋਕਾਂ ਨੇ ਮੁਰਦਾਬਾਦ ਜਿੰਦਾਬਾਦ ਸਾਰੀਆਂ ਪਾਰਟੀਆਂ ਲੱਗੇ, ਉਹ ਹਟ ਹੀ ਨਹੀਂ ਰਿਹਾ। ਅਡਾਨੀਆਂ ਅੰਬਾਨੀਆਂ ਅਡਾਨੀਆਂ ਨੂੰ ਸਾਰਿਆਂ ਨੂੰ ਅਮੀਰ ਕਰਨ ਲੱਗਿਆ, ਪੰਜਾਬ ਨੂੰ ਲੁੱਟ ਕੇ ਹਿੰਦੁਸਤਾਨ ਨੂੰ ਲੁੱਟ ਕੇ ਐਂ ਜਮੂਰਾਂ ਨਾਲ ਧੱਕੇ ਨਾਲ ਲੋਕਾਂ ਦੇ ਠੋਸ ਕੇ ਰੇਟ ਇਹ ਵੱਡੇ ਘਰਾਂ ਦੇ ਘਰ ਭਰ ਰਹੇ ਨੇ। ਇਹ ਠੀਕ ਨਹੀਂ ਹੈ ਗੱਲ, ਰੋਜ਼ ਹੀ ਰੇਟ ਵੱਧ ਰਹੇ ਨੇ, ਰੋਜ਼ ਹੀ ਰੇਟ ਵੱਧ ਰਹੇ ਨੇ, ਜਦੋਂ ਕਿ ਕੱਚੇ ਤੇਲ ਦਾ ਰੇਟ ਪੂਰੀ ਦੁਨੀਆ 'ਚ ਥੱਲੇ ਆਇਆ ਔਰ ਮੋਦੀ ਨੇ ਤੇਲ ਦਾ ਰੇਟ ਵਧਾਇਆ। ਮੈਂ ਤਾਂ ਇਹੀ ਕਹਿੰਦਾ ਵੀ ਮੋਦੀ ਸਾਹਿਬ ਨੂੰ ਚਾਹੀਦਾ ਕਿ ਤੁਰੰਤ ਇਹ ਕਾਲੇ ਕਾਨੂੰਨ ਵਾਪਸ ਲੈ।